ਇਸ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼। ਜੀ ਹਾਂ, ਰੀਸੈਂਟਲੀ ਅੱਲੜ ਵਰੇ ਇਸ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕਰ ਦਿੱਤਾ ਗਿਆ। ਇਸ ਟ੍ਰੇਲਰ ਦੇ ਲਈ ਇੱਕ ਲਾਂਚ ਇਵੈਂਟ ਵੀ ਆਰਗੇਨਾਈਜ਼ ਕੀਤਾ ਗਿਆ। ਇਸ ਲਾਂਚ ਇਵੈਂਟ ਦੇ ਦੌਰਾਨ ਫਿਲਮ ਦਾ ਮਿਊਜ਼ਿਕ ਵੀ ਲਾਂਚ ਕੀਤਾ ਗਿਆ ਤੇ ਮੀਡੀਆ ਪਰਸਨਸ ਨੂੰ ਦਿਖਾਇਆ ਗਿਆ। ਦੱਸਦੀ ਕਿ ਮੀਡੀਆ ਨੂੰ ਫਿਲਮ ਦਾ ਟ੍ਰੇਲਰ ਵੀ ਕਾਫੀ ਪਸੰਦ ਆਇਆ ਤੇ ਫਿਲਮ ਦੇ ਮਿਊਜ਼ਿਕ ਨੂੰ ਵੀ ਐਪਰੀਸ਼ੀਏਟ ਕੀਤਾ ਗਿਆ ਤੇ ਰੀਸੈਂਟਲੀ ਇਸ ਟ੍ਰੇਲਰ ਲਾਂਚ ਇਵੈਂਟ ਦੇ ਦੌਰਾਨ ਟ੍ਰੇਲਰ ਤੇ ਮਿਊਜ਼ਿਕ ਦੋਵਾਂ ਨੂੰ ਹੀ ਲਾਂਚ ਕੀਤਾ ਗਿਆ, ਜੋ ਕਿ ਹੈ ਅੱਲੜ ਵਰੇ ਇਸ ਫਿਲਮ ਦਾ। ਦੱਸੀਏ, ਇਸ ਫਿਲਮ ਦੇ ਵਿੱਚ ਸਾਨੂੰ ਅਰਮਾਨ ਬੇਦਿਲ ਤੇ ਜਾਨਵੀਰ ਕੌਰ ਦੀ ਜੋੜੀ ਨਜ਼ਰ ਆ ਰਹੀ ਹੈ। ਅਰਮਾਨ ਬੇਦਿਲ ਤੇ ਜਾਨਵੀਰ ਕੌਰ ਸਾਨੂੰ ਇਸ ਫਿਲਮ ਦੇ ਵਿੱਚ ਮੇਨ ਲੀਡਸ ਪਲੇ ਕਰਦੇ ਹੋਏ ਨਜ਼ਰ ਆਉਣ ਵਾਲੇ ਨੇ। ਫਿਲਮ ਦੇ ਵਿੱਚ ਜਿੰਮੀ ਸ਼ਰਮਾ ਦਾ ਕਿਰਦਾਰ ਵੀ ਕਾਫੀ ਸੋਹਣਾ ਹੋਣ ਵਾਲਾ ਹੈ ਤੇ ਦੱਸਦੀਏ ਕਿ ਇਸ ਫਿਲਮ ਦੇ ਵਿੱਚ ਸਾਨੂੰ ਹੋਰ ਵੀ ਕਈ ਮਜੇ ਹੋਏ ਕਲਾਕਾਰ ਨਜ਼ਰ ਆਉਣ ਵਾਲੇ ਨੇ। ਜਾਨਵੀਰ ਕੌਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਟ੍ਰੇਲਰ ਦੀ ਇੱਕ ਝਲਕ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਦੱਸਦੀਏ ਕਿ ਇਸ ਫਿਲਮ ਦੇ ਵਿੱਚ ਸਾਨੂੰ ਅਰਮਾਨ ਬੇਦਿਲ, ਜਾਨਵੀਰ ਕੌਰ ਤੇ ਜਿੰਮੀ ਸ਼ਰਮਾ ਤੋਂ ਇਲਾਵਾ ਨਜ਼ਰ ਆਉਣ ਵਾਲੇ ਨੇ ਕਵੀ ਸਿੰਘ, ਮੈਡਮ ਨਿਰਮਲ ਕੌਰ ਰਿਸ਼ੀ, ਦੇਵਜੋਤ ਕੌਰ, ਸ਼ਿਵਿੰਦਰ ਮੱਲ, ਮਲਕੀਤ ਰੌਣੀ, ਤਰਸੇਮ ਪੌਲ, ਰਾਜ ਧਾਲੀਵਾਲ, ਨਿਰਭੈ ਧਾਲੀਵਾਲ, ਸਤਵੰਤ ਕੌਰ, ਗੁਰਮੀਤ ਦਮਨ, ਪਰਮਿੰਦਰ ਗਿੱਲ, ਨਿਰਵੈਲ ਭੁੱਲਰ, ਮੌਂਟੀ, ਪ੍ਰਿਆ ਦਿਓਲ, ਕੁਲਵੰਤ ਢਿੱਲੋਂ, ਨਵਰਾਜ ਕਲੇਰ, ਬਿੰਦੂ ਭੁੱਲਰ, ਸਤੀਸ਼ ਹਿੰਦੁਸਤਾਨੀ, ਯਸ਼ਵੀਰ ਸ਼ਰਮਾ, ਰਾਜ ਰੰਗਰੇਜ, ਤਨਵੀਰ ਰਤਨ ਤੇ ਹੋਰ ਕਈ ਸਾਰੇ ਆਰਟਿਸਟ। ਇਸ ਫਿਲਮ ਦੀ ਕਹਾਣੀ ਨੂੰ ਕੇ.ਐਸ. ਰੰਧਾਵਾ ਹੋਰਾਂ ਦੇ ਵੱਲੋਂ ਲਿਖਿਆ ਗਿਆ ਹੈ। ਸਕ੍ਰੀਨ ਪਲੇ ਤੇ ਡਾਇਲੌਗਸ ਨੂੰ ਲਿਖਣ ਦਾ ਕ੍ਰੈਡਿਟ ਜਾਂਦਾ ਹੈ ਜਸ ਬਰਾੜ ਐਂਡ ਹੰਸਪਾਲ ਸਿੰਘ ਹੋਰਾਂ ਨੂੰ। ਅੱਲੜ ਵਰੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਮਨਜੋਤ ਸਿੰਘ, ਨਿਤਿਨ ਨਾਇਕ ਐਂਡ ਸਾਰਿਕਾ ਦੇਵੀ ਦੇ ਵੱਲੋਂ ਤੇ ਕ੍ਰੀਏਟਿਵ ਪ੍ਰੋਡਿਊਸਰ ਨੇ ਅਰਸ਼ ਚਾਵਲਾ। ਇਹ ਵੀ ਦੱਸਦੀ ਕਿ ਇਸ ਫਿਲਮ ਨੂੰ ਪ੍ਰੈਜੈਂਟ ਕੀਤਾ ਜਾ ਰਿਹਾ ਟੌਪ ਹਿਲ ਮੂਵੀਜ਼ ਐਂਡ ਆਰਨਿਕਾ ਪ੍ਰੋਡਕਸ਼ਨਸ ਦੇ ਵੱਲੋਂ ਇਨ ਐਸੋਸੀਏਸ਼ਨ ਵਿਦ ਰੰਗਲਾ ਪੰਜਾਬ ਮੋਸ਼ਨ ਪਿਕਚਰਸ, ਯਾਨੀ ਇਹਨਾਂ ਬੈਨਰਸ ਦੇ ਹੇਠ ਫਿਲਮ ਰਿਲੀਜ਼ ਹੋਣ ਵਾਲੀ ਹੈ। ਫਿਲਮ ਨੂੰ ਇੰਡੀਆ ਰਿਲੀਜ਼ ਵਾਈਟ ਹਿਲ ਸਟੂਡੀਓਜ਼ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸ ਫਿਲਮ ਦਾ ਮਿਊਜ਼ਿਕ ਵੀ ਵਾਈਟ ਹਿਲ ਮਿਊਜ਼ਿਕ ਤੇ ਹੀ ਰਿਲੀਜ਼ ਹੋ ਰਿਹਾ ਹੈ। ਫਿਲਮ ਦੀ ਪਰਟੀਕੁਲਰ ਰਿਲੀਜ਼ ਡੇਟ ਹੈ 31 May 2024। ਸੋ ਤੁਹਾਨੂੰ ਇਹ ਫਿਲਮ ਦੇਖਣ ਦੀ ਕਿੰਨੀ ਐਕਸਾਈਟਮੈਂਟ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਤੁਹਾਨੂੰ ਇਸ ਫਿਲਮ ਦਾ ਟ੍ਰੇਲਰ ਕਿਹੋ ਜਿਹਾ ਲੱਗਿਆ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ ਤੇ ਫਿਲਮ ਦੇ ਵਿੱਚ ਅਰਮਾਨ ਬੇਦਿਲ ਤੇ ਜਾਨਵੀਰ ਕੌਰ ਦੀ ਜੋੜੀ ਦੇਖਣ ਲਈ ਕਿੰਨੇ ਐਕਸਾਈਟਿਡ ਹੋ ਕਮੈਂਟ ਕਰਕੇ ਦੱਸ ਸਕਦੇ ਹੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।